ਸ਼ਾਮ 6 ਵਜੇ ਤੋਂ ਬਾਅਦ ਨਹੀਂ ਖੁੱਲਣਗੇ ਠੇਕੇ, ਹੋਟਲਾਂ ਤੇ ਕਲੱਬਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ। ਜਾਣੋ ਕਦੋਂ ਤੱਕ ਜਾਰੀ ਰਹਿਣਗੇ ਹੁਕਮ। ਜੀ ਹਾਂ, ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਵੋਟਿੰਗ ਦੌਰਾਨ ਡਰਾਈ ਡੇ ਰਹੇਗਾ, ਯਾਨੀ ਵੋਟਾਂ ਪੈਣ ਵਾਲੇ ਦਿਨ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਦੱਸ ਦਈਏ ਕਿ 25 ਮਈ ਤੋਂ ਹਰਿਆਣਾ 'ਚ ਵੋਟਾਂ ਪੈ ਰਹੀਆਂ ਨੇ ਤੇ 1 ਜੂਨ ਤੋਂ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ। 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਹਨਾਂ ਦਿਨਾਂ ਵਿਚਾਲੇ ਸ਼ਰਾਬ ਦੇ ਠੇਕੇ ਸ਼ਾਮ 6 ਵਜੇ ਤੋਂ ਬੰਦ ਰਹਿਣਗੇ। ਨਾ ਤਾਂ ਕਲੱਬਾਂ 'ਚ ਸ਼ਰਾਬ ਮਿਲੇਗੀ ਤੇ ਨਾ ਹੀ ਹੋਟਲਾਂ ਦੇ ਵਿੱਚ ਸਰਵ ਕੀਤੀ ਜਾਏਗੀ। ਇੱਥੇ ਵੀ ਦੱਸ ਦਈਏ ਕਿ ਹਰਿਆਣਾ ਦੇ ਵਿੱਚ 25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਕਾਰਨ ਚੰਡੀਗੜ੍ਹ ਦੇ ਵਿੱਚ ਡਰਾਈ ਡੇ ਰਹੇਗਾ। ਇਸ ਦੌਰਾਨ ਕਲੱਬਾਂ ਤੇ ਹੋਟਲਾਂ ਦੇ ਵਿੱਚ ਵੀ ਸ਼ਰਾਬ ਨਹੀਂ ਦਿੱਤੀ ਜਾਏਗੀ। ਇਸ ਸਾਰੀ ਸਥਿਤੀ ਦੇ ਉੱਤੇ ਪੁਲਿਸ ਤੇ ਏਜੰਸੀਆਂ ਦੀ ਨਿਗਰਾਨੀ ਰਹੇਗੀ ਤੇ ਜੇਕਰ ਕਿਸੇ ਦੇ ਵੱਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ। ਇਹ ਹੁਕਮ ਚੰਡੀਗੜ੍ਹ ਦੇ ਆਬਕਾਰੀ ਤੇ ਕਰ ਅਧਿਕਾਰੀ ਵਿਨੇ ਪ੍ਰਤਾਪ ਸਿੰਘ ਨੇ ਜਾਰੀ ਕੀਤੇ ਨੇ। ਹੁਕਮਾਂ ਦੇ ਮੁਤਾਬਿਕ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਚੰਡੀਗੜ੍ਹ ਦੇ 3 ਕਿਲੋਮੀਟਰ ਖੇਤਰ ਦੇ ਵਿੱਚ ਇਹ ਹੁਕਮ ਲਾਗੂ ਰਹਿਣਗੇ। ਜਦਕਿ ਇਸੇ ਤਰ੍ਹਾਂ 1 ਜੂਨ ਤੇ 4 ਜੂਨ ਨੂੰ ਚੰਡੀਗੜ੍ਹ ਭਰ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੇ। ਹੁਕਮਾਂ ਦੇ ਮੁਤਾਬਿਕ ਹਰਿਆਣਾ ਚੋਣਾਂ ਦੇ ਮੱਦੇਨਜ਼ਰ 23 ਮਈ ਸ਼ਾਮ 6 ਵਜੇ ਤੋਂ ਲੈ ਕੇ 25 ਮਈ ਸ਼ਾਮ 6 ਵਜੇ ਤੱਕ ਹਰਿਆਣਾ ਤੋਂ 3 ਕਿਲੋਮੀਟਰ ਦੇ ਘੇਰੇ 'ਚ ਸਥਿਤ ਠੇਕਿਆਂ ਤੇ ਕਲੱਬਾਂ ਦੇ ਵਿੱਚ ਸ਼ਰਾਬ ਨਹੀਂ ਮਿਲੇਗੀ। ਇਹ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੇ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੀ ਸ਼ਰਾਬ ਦੇ ਠੇਕੇ 30 ਮਈ ਸ਼ਾਮ 6 ਵਜੇ ਤੋਂ ਲੈ ਕੇ 1 ਜੂਨ ਸ਼ਾਮ 6 ਵਜੇ ਤੱਕ ਨਹੀਂ ਖੁੱਲ੍ਹਣਗੇ ਤੇ 4 ਜੂਨ ਯਾਨੀ ਜਿਸ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਦਿਨ ਪੂਰਾ ਦਿਨ ਹੀ ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਸੋ ਜ਼ਾਹਿਰ ਹੈ ਕਿ 25 ਮਈ ਨੂੰ ਹਰਿਆਣਾ ਦੇ ਵਿੱਚ ਵੋਟਾਂ ਪੈਣ ਵਾਲੀਆਂ ਨੇ ਤੇ ਇਸੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤੇ ਹਰਿਆਣਾ ਤੋਂ ਚੰਡੀਗੜ੍ਹ ਵੱਲ 3 ਕਿਲੋਮੀਟਰ ਦੇ ਘੇਰੇ ਵਿੱਚ ਸ਼ਰਾਬ ਦੇ ਠੇਕੇ ਸ਼ਾਮ 6 ਵਜੇ ਤੋਂ ਬਾਅਦ ਨਹੀਂ ਖੋਲੇ ਜਾ ਸਕਣਗੇ, ਨਾ ਹੀ ਸ਼ਰਾਬ ਵਿਕੇਗੀ। ਹੋਟਲਾਂ ਤੇ ਕਲੱਬਾਂ ਦੇ ਵਿੱਚ ਵੀ ਸ਼ਰਾਬ 6 ਵਜੇ ਤੋਂ ਬਾਅਦ ਨਹੀਂ ਮਿਲੇਗੀ। ਜਦਕਿ 4 ਜੂਨ ਯਾਨੀ ਕਿ ਜਿਸ ਦਿਨ ਵੋਟਾਂ ਦੀ ਗਿਣਤੀ ਹੋਣੀ ਹੈ ਤਾਂ ਉਸ ਦਿਨ ਚੰਡੀਗੜ੍ਹ ਦੇ ਵਿੱਚ ਸਾਰੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਹੀ ਸ਼ਰਾਬ ਦੇ ਠੇਕੇ ਪੂਰਾ ਦਿਨ ਲਈ ਬੰਦ ਰਹਿਣਗੇ।